ਸਭਾ ਅਮਰਕੋਟ SBI ਬੈਂਕ ਦੇ ਨੇੜੇ CSP ਹੋਲਡਰ ਰਾਜੀਵ ਕੁਮਾਰ ਮੌਂਟੀ ਵੱਲੋਂ ਖਾਤਾ ਖੋਲ੍ਹਣ ਦੇ ਮੰਗੇ ਜਾ ਰਹੇ ਹਨ 500 ਰੁਪਏ। CSP ਹੋਲਡਰ ਰਿਕਾਰਡਿੰਗ ਦੇ ਵਿੱਚ ਸ਼ਰੇਆਮ ਪੈਸੇ ਦੀ ਮੰਗ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਕਿ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਸਨੇ ਸਾਫ਼ ਨਾ ਕਰ ਦਿੱਤੀ ਅਤੇ ਕੰਨੀ ਕਤਰਾਉਂਦਾ ਨਜ਼ਰ ਆਇਆ। ਜਦੋਂ ਇਸ ਬਾਰੇ ਸਾਡੇ ਪੱਤਰਕਾਰ ਬਲਜਿੰਦਰ ਸਿੰਘ ਨੇ ਬੈਂਕ ਮੈਨੇਜਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਇਹ ਜਿਹੜੇ CSP ਹੋਲਡਰ ਨੇ ਇਹਨਾਂ ਦੇ ਬਿਲਕੁਲ ਹੀ ਇਹ ਬੰਦ ਕੀਤੇ ਜਾਣਗੇ। ਆਓ ਵੇਖੀਏ ਪੂਰੀ ਰਿਪੋਰਟ। SBI ਦਾ ਖਾਤਾ ਖੁਲਾਉਣਾ ਤਾਂ ਕਿੰਨੇ ਕੀ ਪਰੂਫ ਚਾਹੀਦੇ ਆਪਾਂ ਨੂੰ? ਮੈਂ ਆਪਦਾ ਖੁਲਾਉਣਾ ਜੀ, ਕਿਸੇ 'ਚ ਨਹੀਂ ਹੈਗਾ। ATM ਮਿਲ ਜੂਗਾ? ਨਹੀਂ ਉਸ ਤਰ੍ਹਾਂ ਨਹੀਂ ਮਿਲੇਗਾ, ਪਹਿਲਾਂ ਉਸ ਤਰ੍ਹਾਂ ਮਿਲ ਜਾਂਦਾ ਹੈ ਨਾ, ਪਹਿਲਾਂ ਮਿਲ ਜਾਂਦਾ ਵੈਸੇ ਮਿਲ ਜਾਂਦਾ ਦੱਸ ਦੋ। ਬੈਂਕ 'ਚ ਖਾਤਾ ਖੁਲਾਉਣੇ ਆਪਾਂ ਇਹਦੀ ਕੀ ਖਰਚਾ ਕੀ ਆਉਂਦਾ? 500 ਰੁਪਏ ਬੈਂਕ 'ਚ ਕਿੰਨੇ ਲੈਂਦੇ ਆ? ਮੈਂ ਬੈਂਕ ਸਰ ਕਿੰਨਾ ਲੈਂਦੇ ਖਾਤਾ ਖੋਲ੍ਹਣ ਤੁਸੀਂ, ਪੈਸੇ ਕਿੰਨੇ ਲੈਂਦੇ ਸਰ ਜੋ ਖਾਤਾ ਖੋਲ੍ਹਦੇ ਤੁਸੀਂ? ਅਸੀਂ ਖਾਤਾ ਖੋਲ੍ਹਣ ਦਾ ਜਿੰਨੇ ਅਗਲੇ ਨੇ ਖਾਤੇ ਪਾਉਣੇ ਉਨੇ ਪੈਸੇ ਲੈਣੇ, ਜਿੰਨਾ ਅਗਲਾ ਪਾਵੇ ਅਸੀਂ ਪਾ ਦਾਂਗੇ। ਜ਼ੀਰੋ ਬੈਲੈਂਸ ਤੋਂ ਤੁਸੀਂ ਖੋਲ੍ਹਦੇ ਜੀ? ਜ਼ੀਰੋ ਬੈਲੈਂਸ ਹੀ ਖੋਲ੍ਹਦਾ। ਠੀਕ ਹੈ ਜੀ। ਤੁਹਾਡੇ 'ਤੇ ਕੰਪਲੇਂਟ ਹੈ ਕਿ ਵੀ ਮਤਲਬ 500 ਰੁਪਇਆ ਦੀ ਮੰਗ ਕੀਤੀ ਸੀ ਇਹਨਾਂ ਨੇ। ਅੱਛਾ, ਅਤੇ ਉਹਦਾ ਕੀ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਜੀ? ਅਸੀਂ ਤਾਂ 500 ਦੀ ਕੋਈ ਮੰਗ ਨਹੀਂ, ਅਸੀਂ ਤਾਂ ਸਿਰਫ ਇੰਨਾ ਕਿਹਾ ਵੀ ਅਕਾਊਂਟ ਖੁਲਵਾਓ, 500 ਦਵੋਗੇ ਤਾਂ 500 ਤੁਹਾਡੇ ਅਕਾਊਂਟ 'ਚ ਪੈ ਜਾਏਗਾ। ਜੇ ਤੁਹਾਡੇ ਵੱਲੋਂ ਕੋਈ ਨਹੀਂ ਮਤਲਬ ਕਿ ਆਪਣੇ, ਨਾ ਉਸ ਬੰਦੇ ਨੇ ਸਾਨੂੰ ਰੁਪਈਆ ਦਿੱਤਾ, ਨਾ ਅਸੀਂ ਲਿਆ, ਨਾ ਉਸ ਬੰਦੇ ਦਾ ਅਕਾਊਂਟ ਖੁੱਲਿਆ। ਠੀਕ ਹੈ ਜੀ। ਜਾਂ ਤਾਂ ਬੰਦਾ ਕਹਿ ਦੇ ਵੀ ਮੇਰਾ ਅਕਾਊਂਟ ਖੋਲ੍ਹ ਕੇ 500 ਨਹੀਂ ਪਾਇਆ ਅਤੇ 500 ਦੇ ਕੇ ਆਏ, ਫਿਰ ਅਸੀਂ ਮੰਨਦੇ। ਠੀਕ। ਰਿਪੋਰਟਰ ਬਲਜਿੰਦਰ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ TV ਵਲਟੋਹਾ।